ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਇਨ੍ਹੀਂ ਦਿਨੀ ਚਰਚਾ 'ਚ ਨੇ। ਜੀ ਹਾਂ, ਲੋਕ ਸਭਾ ਇਜਲਾਸ ਦੇ ਪਹਿਲੇ ਹੀ ਦਿਨਾਂ 'ਚ ਭਗਵੰਤ ਮਾਨ ਨੇ ਕਈ ਮੁੱਦੇ ਸੰਸਦ ਵਿੱਚ ਰੱਖ ਦਿੱਤੇ ਨੇ, ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਵੇ, ਚਾਹੇ ਬੇਰੁਜ਼ਗਾਰੀ ਦਾ, ਚਾਹੇ ਪਾਣੀਆਂ ਦਾ ਹੋਵੇ, ਚਾਹੇ ਨਸ਼ਿਆਂ ਦਾ। ਇਸ ਤੋਂ ਇਲਾਵਾ ਭਗਵੰਤ ਮਾਨ ਵੱਲੋਂ ਪਿਛਲੇ ਦਿਨੀ ਬੋਰਵੈਲ 'ਚ ਡਿੱਗੇ ਫਤਿਹਵੀਰ ਦਾ ਮੁੱਦਾ ਵੀ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਸੀ। ਇਸੇ ਤਰ੍ਹਾਂ ਅੱਜ ਭਗਵੰਤ ਮਾਨ ਵੱਲੋਂ ਨਰੇਗਾ ਮਜ਼ਦੂਰਾਂ ਦਾ ਮੁੱਦਾ ਸੰਸਦ ਵਿੱਚ ਚੁੱਕਿਆ ਗਿਆ। ਸ਼੍ਰੀ ਭਾਗਵਤ ਮਾਨ, ਬਹੁਤ ਬਹੁਤ ਧੰਨਵਾਦ ਸਪੀਕਰ ਮਹੋਦਯ। ਅੱਜ ਮੈਂ ਜਿਸ ਵਿਸ਼ੇ ਪਰ ਬੋਲਣੇ ਵਾਲਾ ਹੂੰ ਜ਼ੀਰੋ ਮੇ, ਵੋ ਗਰੀਬੋ ਸੇ ਜੁੜਾ ਹੈ, ਜੋ ਨਰੇਗਾ ਹੈ, ਮਨਰੇਗਾ ਵੀ ਉਸਕੋ ਬੋਲਤੇ ਹੈ ਸਰ, ਉਸਕੀ ਦਿਹਾੜੀ ਜੋ ਹੈ 240 ਰੁਪਏ ਹੈ, ਔਰ ਪਿਛਲੇ ਦਿਨੋਂ ਪੰਜਾਬ ਸਰਕਾਰ ਨੇ, ਕਾਂਗਰਸ ਕੀ ਸਰਕਾਰ ਨੇ ਜ਼ਖਮੋ ਪਰ ਨਮਕ ਛਿੜਕਨੇ ਵਾਲੀ ਬਾਤ ਕੀ ਕਿ ਉਨਕੀ ਦਿਹਾੜੀ ਕੋ ਬਢਾਇਆ ਗਿਆ ਇੱਕ ਰੁਪਇਆ ਬਢਾਇਆ ਗਿਆ, 241 ਕਰ ਦਿਆ ਗਿਆ। ਤੋ ਬਹੁਤ ਸੇ ਲੋਕ ਜੋ ਨਰੇਗਾ ਕੇ ਮਜ਼ਦੂਰ ਹੈ, ਵੋ ਕਹਿ ਰਹੇ ਅਗਰ ਕੈਪਟਨ ਸਾਹਿਬ ਜੋ ਰਾਜਾ ਹੈ, ਅਗਰ ਵੋ ਚਾਹੇ ਤੋ 5 ਰੁਪਏ ਹਮ ਉਨਕੋ ਵੀ ਦੇ ਸਕਤੇ ਹੈ ਵਾਪਸ, ਲੇਕਿਨ ਸਰ ਉਨਕੀ ਦਿਹਾੜੀ ਜੋ ਹੈ ਵੋ 240 ਰੁਪਏ ਹੈ, ਔਰ ਉਸੀ ਦਿਨ ਨਹੀਂ ਮਿਲਤੀ, ਦੇ ਆਰ ਹੈਂਡ ਟੂ ਮਾਊਥ, ਵੋ ਉਸੀ ਦਿਨ ਕਮਾਤੇ ਹੈ, ਉਸੀ ਦਿਨ ਖਾਤੇ ਹੈ, ਡੇਢ ਸਾਲ ਕੇ ਪੈਸੇ ਸਰ ਸਪੀਕਰ ਮਹੋਦਯਾ ਉਨਕੋ ਭੁਗਤਾਨ ਸਰ 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 ਅਭੀ ਤੋ ਸ਼ੁਰੂ ਹੁਆ ਹੂੰ ਮੈਂ, ਹਾਂ ਤੋ ਆਪ ਬੰਦ ਕਰੀਏ ਸਰ ਸਰ ਪਹਿਲੇ ਸਕੂਲ ਕੀ ਬੈਲ ਜਬ ਬਜਤੀ ਥੀ ਤੋ ਹਮ ਖੁਸ਼ ਹੋਤੇ ਥੇ, ਆਪਕੀ ਬੈਲ ਬਜਤੀ ਤਾਂ ਡਰਤੇ ਹੈ ਸਰ ਹਮ, ਪਲੀਜ਼ ਸਰ ਪਲੀਜ਼ ਬੋਲਨੇ ਤੋ ਦੀਜੀਏ ਨਾ ਸਰ, ਬੈਲਟ ਮੇਂ ਨਿਕਲਾ ਹੈ ਸਰ, ਉਨਕੇ ਲੀਏ ਕੋਈ ਮੈਡੀਕਲ ਫੈਸਿਲਿਟੀ ਨਹੀਂ ਹੈ, 500 ਰੁਪਏ ਕਮ ਸੇ ਕਮ ਉਨਕੀ ਜੋ ਦਿਹਾੜੀ ਹੋਣੀ ਚਾਹੀਏ, ਔਰ ਉਸੀ ਦਿਨ ਮਜ਼ਦੂਰ ਕੀ ਮਜ਼ਦੂਰੀ ਉਸਕਾ ਪਸੀਨਾ ਸੂਖਨੇ ਸੇ ਪਹਿਲੇ ਮਿਲਣੀ ਚਾਹੀਏ, ਉਸੀ ਦਿਨ ਮਿਲਣੀ ਚਾਹੀਏ, ਔਰ ਯੇ ਕਹਿ ਰਹੇ ਹੈ ਕਹੀਂ 25 ਦਿਨ ਕਾਮ ਹੋ ਰਹਾ ਹੈ, ਕਹੀਂ 15 ਦਿਨ ਕਾਮ ਹੋ ਰਹਾ ਹੈ ਸਰ, 100 ਡੇ ਕੀ ਜੋ ਗਰੰਟੀ ਹੈ ਵੋ ਪੂਰੀ ਨਹੀਂ ਹੋ ਰਹੀ ਹੈ, ਯੇ ਬਿਲਕੁਲ ਗਰੀਬੋ ਕੇ ਸਾਥ ਅਨਿਆਏ ਹੋ ਰਹਾ ਹੈ।